ਮੈਂ ਸ਼ਤੀਸ਼ ਕੁਮਾਰ ਤੁਹਾਡਾ ਸਾਰਿਆਂ ਦਾ SKB ਨਿਊਜ਼ ਚੈਨਲ। ਲੁਧਿਆਣਾ ਸ਼ਿਮਲਾਪੁਰੀ ਗਲੀ 5.5 ਨੰਬਰ ਗਲੀ ਦੇ ਵਿੱਚ ਬਸੰਤ ਨਗਰ ਦੇ ਵਿੱਚ ਇੱਕ ਬੀਬੀ ਦੇ ਘਰ ਛੱਤ ਡਿੱਗ ਗਈ ਅਤੇ ਆਓ ਸੁਣੀਏ ਉਹਨਾਂ ਦੇ ਬਾਰੇ ਗੱਲਬਾਤ ਕਰੀਏ ਕੀ ਹੋਇਆ ਸੀ। SKB ਨਿਊਜ਼ ਤੋਂ ਅਤੇ ਅੱਜ ਅਸੀਂ ਪਹੁੰਚੇ ਹਾਂ ਜਿਨ੍ਹਾਂ ਦੇ ਘਰ ਮੀਂਹ ਦੇ ਨਾਲ ਛੱਤ ਗਿਰ ਗਈ ਆ ਅਤੇ 5 ਫੁੱਟ ਨੀਵਾਂ ਵਾ ਵਿਚਾਰੇ ਦਾ ਘਰ ਅਤੇ ਮੀਂਹ ਦੇ ਵਿੱਚ ਪਾਣੀ ਭਰ ਜਾਂਦਾ, ਬੜਾ ਬੁਰਾ ਹਾਲ ਹੋ ਜਾਂਦਾ। 3 ਬੇਟੇ ਆ ਇਹਨਾਂ ਦੇ, 3 ਨਸ਼ੇ 'ਚ ਲੱਗੇ ਹੋਏ ਆ, ਨਸ਼ਾ ਕਰਦੇ ਨੇ ਅਤੇ ਬੁਰਾ ਹਾਲ ਆ ਜੀ ਇਹਨਾਂ ਦਾ। ਅਤੇ ਅਸੀਂ ਜਿਹੜੇ ਦਾਨੀ ਸੱਜਣ ਮਿੱਤਰ ਆ ਉਹਨਾਂ ਨੂੰ ਅਪੀਲ ਕਰਦੇ ਹਾਂ, ਰਿਕੁਐਸਟ ਕਰਦੇ ਹਾਂ ਕਿ ਇਹਨਾਂ ਦੀ ਜ਼ਰੂਰ ਮਦਦ ਕੀਤੀ ਜਾਵੇ, ਇਹਨਾਂ ਦੇ ਘਰ ਬਣਾਉਣ ਦੇ ਵਿੱਚ ਜ਼ਰੂਰ ਮਦਦ ਕੀਤੀ ਜਾਵੇ। ਜਿਹਤੋਂ ਵੀ ਜਿੰਨਾ ਕੁ ਸਰੇ ਉਹ ਇਹਨਾਂ ਦੀ ਜ਼ਰੂਰ ਮਦਦ ਕਰੇ ਅਤੇ ਐਡਰੈਸ ਇਹ ਦੱਸਣਗੇ ਆਪਣਾ, ਅਤੇ ਇਹਨਾਂ ਦੀ ਮਦਦ ਸਾਰੇ ਵੀਰਾਂ ਭਰਾਵਾਂ ਨੂੰ ਜਿੰਨਾ ਵੀ ਵੱਧ ਤੋਂ ਵੱਧ ਹੋ ਸਕੇ ਇਹਨਾਂ ਦੀ ਮਦਦ ਕੀਤੀ ਜਾਵੇ। ਬਹੁਤ ਬੁਰਾ ਹਾਲ ਹੈ ਇਹਨਾਂ ਦਾ ਜੀ। ਹਾਂਜੀ ਐਡਰੈਸ ਦੱਸੋ ਜੀ। 5.5 ਨੰਬਰ ਗਲੀ ਹੈ ਜੀ, ਬਸੰਤ ਨਗਰ, ਈਸਰ ਸਿੰਘ ਗੁਰਦੁਆਰਾ ਜੀ ਸਾਡਾ। ਰਸੋਈ ਆ ਜੀ ਇਹਨਾਂ ਦੀ, ਦੇਖੋ ਜਿਹੜੀ ਮਜਬੂਰੀ ਦੇ ਵਿੱਚ ਇਹਨਾਂ ਦੇ ਲੈਟਰਿੰਗ ਦੇ ਨਾਲ ਹੀ ਜਿਹੜੀ ਕੱਚੀ ਪੱਕੀ ਰਸੋਈ ਬਣਾਈ ਆ ਜੀ, ਇਹਦੇ ਵਿੱਚ ਹੀ ਰੋਟੀ ਬਣਾਉਂਦੇ ਆ, ਇਹਦੇ ਵਿੱਚ ਖਾਣਾ ਤਿਆਰ ਹੁੰਦਾ ਜੀ ਇਹਨਾਂ ਦਾ। ਦੇਖੋ ਇਹ ਵੀ ਚਾਹੁੰਦੀ ਆ ਜੀ, ਬਹੁਤ ਬੁਰਾ ਹਾਲ ਆ ਅਤੇ ਇਹਨਾਂ ਦੀ ਮਦਦ ਕੀਤੀ ਜਾਵੇ। ਜਿਹੜੇ ਦਾਨੀ ਸੱਜਣ ਮਿੱਤਰ ਹੈਗੇ ਆ ਇਹਨੇ ਜ਼ਰੂਰ ਮਦਦ ਕੀਤੀ ਜਾਵੇ ਵਿਚਾਰਿਆਂ ਦੀ। ਆਹ ਘਰ ਦਾ ਦਰਵਾਜ਼ਾ ਦੇਖੋ ਜੀ, ਘੱਟੋ ਘੱਟ 5-6 ਫੁੱਟ ਨੀਵਾਂ। ਆਹ ਦੇਖੋ ਜੀ ਬਾਲੇ ਬੁਰਾ ਹਾਲ ਆ ਜੀ ਇਹਨਾਂ ਦਾ। ਤੁਸੀਂ ਦੇਖੋ ਇਹਨਾਂ ਦਾ ਘਰ ਗਿਰ ਗਿਆ ਵਿਚਾਰਿਆਂ ਦਾ। ਆਹ ਦੇਖੋ ਛੱਤ ਗਿਰ ਗਈ, ਕਿੰਨੇ ਦਿਨ ਹੋਏ ਛੱਤ ਗਿਰੀ ਨੂੰ? ਮਹੀਨੇ ਤੋਂ ਉੱਤੇ ਹੋ ਗਿਆ ਜੀ। ਮੀਂਹ 'ਚ ਗਿਰੀ ਆ ਜੀ, ਕਿੰਨਾ ਕੁ ਟਾਈਮ ਹੋ ਗਿਆ? ਮਹੀਨਾ ਕੁ ਹੋ ਗਿਆ। ਆਹ ਦੇਖੋ ਕਿੰਨਾ ਬੁਰਾ ਹਾਲ ਆ ਜੀ। ਅਤੇ ਨੀਵਾਂ ਕਿੰਨਾ ਇਹ? ਨੀਵਾਂ ਬਹੁਤ ਆ ਜੀ, 5 ਫੁੱਟ ਨੀਵਾਂ ਜੀ ਦੇਖ ਲਓ। ਝੁੱਗੀ ਪਾ ਕੇ ਸੌਂਦੇ ਆ ਜੀ, ਝੁੱਗੀ ਪਾ ਕੇ ਸੌਂਦੇ ਆ ਜੀ, ਮੀਂਹ 'ਚ ਵੀ ਝੁੱਗੀ ਵੀ। ਬਾਲੇ ਗਿਰ ਗਏ ਜੀ ਇਹਨਾਂ ਦੀ, ਛੱਤ ਗਿਰ ਗਈ ਜੀ। ਕਿੰਨੇ ਦਿਨ ਹੋ ਗਏ ਛੱਤ ਗਿਰੀ ਨੂੰ ਜੀ? ਹਾਂਜੀ ਮਹੀਨਾ ਹੋ ਗਿਆ ਜੀ। ਤੇ ਹੁਣ ਕਿੱਦਾਂ ਤੁਸੀਂ ਗੁਜ਼ਾਰਾ ਕਰ ਰਹੇ? ਚੁੱਪੀ ਜੇ ਰਹਿ ਕੇ ਗੁਜ਼ਾਰਾ ਕਰ ਰਹੇ। ਬਾਹਰ ਜੀ ਮੰਮੀ ਪਾਏ ਹੋਏ ਆ, ਉਹਦੇ ਥੱਲੇ ਬੈਠੇ ਆ, ਮੀਂਹ ਆਵੇ ਕੁਛ ਵੀ ਆਵੇ ਉਹਦੇ ਥੱਲੇ ਬੈਠੇ ਆ। ਕਿੰਨੇ ਬੱਚੇ ਤੁਹਾਡੇ? ਬੱਚੇ ਜੀ 3 ਨਸ਼ਾ ਕਰਦੇ ਆ। ਅੱਛਾ। ਕੰਮਕਾਰ ਕਰਦੇ ਨਹੀਂ ਹੈਗੇ, ਘਰਦਿਆਂ ਨੂੰ ਦਿਖਦਾ ਨਹੀਂ ਹੈਗਾ, ਉਹ ਅੱਖਾਂ ਤੋਂ ਉਹਨੇ ਨੇ। ਤੁਸੀਂ ਕੀ ਚਾਹੁੰਦੇ ਹੋ ਸਰਕਾਰ ਤੋਂ? ਅਸੀਂ ਕਹਿ ਚਾਹੁੰਦੇ ਜੀ ਸਾਡੇ ਕਮਰੇ ਬਣ ਜਾਣ, ਸਾਡੇ ਘਰਵਾਰ ਬਣ ਜਾਏ। ਤੇ ਜਿਹੜੇ ਪ੍ਰਧਾਨ ਲੋਕ ਨੇ, ਜਿਹੜੇ ਸੇਵਾ ਦਲ ਨੇ, ਜੀ ਕਿਸੇ ਨੇ ਸਾਡੀ ਮਦਦ ਕੀਤੀ? ਕੋਈ ਕੌਂਸਲਰ ਪ੍ਰਧਾਨ ਨੇ? ਨਹੀਂ ਜੀ, ਅਸੀਂ ਸਾਰਿਆਂ ਕੋਲ ਜਾ ਕੇ ਆਏ ਕਿ ਅਸੀਂ ਸਾਰਿਆਂ ਕੋਲ ਜਾ ਕੇ ਆਏ ਜੀ, ਸਾਡੀ ਕਿਸੇ ਨੇ ਨਹੀਂ। ਆ ਦੇਖੋ ਜੀ ਛੱਤ ਦੇਖੋ ਇਹਨਾਂ ਦੀ, ਬਾਲੇ ਦੀ ਨਾਲ ਫੱਟੇ ਪਿਆ ਵੀ ਨਹੀਂ, ਸਾਰਾ ਬੁਰਾ ਹਾਲ ਆ ਜੀ। ਆ ਦੇਖੋ ਚੋਲੀ ਕਿ ਜਾ ਕੇ ਆ ਦੇਖੋ ਜੀ, ਆ ਵੀ ਬਾਲਾ ਗਿਰਨ ਵਾਲਾ ਜੀ, ਛੱਤ ਗਿਰਨ ਵਾਲੀ ਆ, 5 ਫੁੱਟ ਡੂੰਘਾ ਜੀ ਇਹ ਇਹਨਾਂ ਦਾ ਘਰ। ਕਿਸੇ ਨੇ ਸਾਡੀ ਸੁਣੀ ਨਹੀਂ ਹੈਗੀ, ਸਾਰੇ ਪਾਸੇ ਜਾਇਆ, ਸੀਨਾ ਕੋਲ ਵੀ ਗਏ ਆ, ਉੱਧਰ ਵੀ ਗਏ ਆ, ਕਿਸੇ ਨੇ ਨਹੀਂ ਸਾਡੀ ਸੁਣੀ ਹੈਗੀ। ਤੇ ਹੋਰ ਕੀ ਕਹਿਣਾ ਚਾਹੁੰਦੇ ਤੁਸੀਂ? ਅਸੀਂ ਆਹੀ ਕਹਿੰਦੇ ਜੀ ਸਾਡੇ ਛੱਤ ਦਾ ਬਣ ਜਾਵੇ ਸਿਰ ਤੇ ਰਹਿਣ ਨੂੰ, ਅਸੀਂ ਆਹੀ ਕਹਿੰਦੇ ਆ ਤੇ ਸਾਡੇ ਸਿਰ ਤੇ ਛੱਤ ਬਣ ਜਾਵੇ, ਸਾਡੇ ਦੋਨੇ ਕਮਰੇ ਡਿੱਗੇ ਪਏ ਆ, ਮੀਂਹ ਆ ਜਾਂਦਾ ਸਾਡੇ, ਅਸੀਂ ਤਿਰੇ ਫਿਰਦੇ ਪਾਣੀ ਨਾਲ, ਪਾਣੀ ਭਰ ਜਾਂਦਾ, ਅਸੀਂ ਸਾਨੂੰ ਬੈਠਣ ਨੂੰ ਥਾਂ ਨਹੀਂ ਰਹਿੰਦੀ। ਵੱਡਾ ਮੁੰਡਾ ਸੀ ਉਹ ਨਸ਼ੇ ਨਾਲ ਮਰ ਗਿਆ ਜੀ, ਆਹ 3 ਨੇ 3 ਵੀ ਨਸ਼ੇ ਕਰਦੇ ਆ। ਇਹ ਘਰ ਵਾਲਾ ਜੀ? ਘਰ ਵਾਲਾ ਨਾ ਜੀ, ਉਹਨੂੰ ਦਿਖਦਾ ਨਹੀਂ ਹੈਗਾ। ਬਹੁਤ ਬੁਰਾ ਹਾਲ ਹੈ ਇਹਨਾਂ ਦਾ ਜੀ। ਜੈ ਹਿੰਦ, ਜੈ ਭਾਰਤ।